ਮੈਂ ਜਾ ਰਿਹਾ ਜੀ ਇੱਕ ਫਾਰਮ ਹਾਊਸ 'ਤੇ, ਬਹੁਤ ਖੂਬਸੂਰਤ ਫਾਰਮ ਹਾਊਸ ਹੈ। ਫਾਰਮ ਹਾਊਸ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਦਾਖਲ ਹੋਵਾਂਗੇ ਔਰ ਸਭ ਤੋਂ ਪਹਿਲਾਂ ਜੀ ਅਸੀਂ ਆਪਣੀ ਗੱਡੀ ਨੂੰ ਕਰਾਂਗੇ ਪਾਰਕ, ਗੱਡੀ ਨੂੰ ਸਟੈਂਡ 'ਤੇ ਖੜਿਆ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਜੀ ਲੁਗਾਟ। ਇਹ ਜੀ ਲੁਗਾਟ ਦੇ ਖੂਬਸੂਰਤ ਪੇੜ ਔਰ ਪੇੜ ਜਿਹੜਾ ਲੁਗਾਟ ਦੇ ਨਾਲ ਮਾਸ਼ਾਅੱਲਾ ਫੁੱਲ ਭਰਿਆ ਹੋਇਆ, ਬੜੇ ਰਸੀਲੇ ਔਰ ਬੜੇ ਤਾਜ਼ਾ ਜਿਹੜੇ ਲੁਗਾਟ ਨੇ ਇਹਦੇ ਉੱਪਰ ਲੱਗੇ ਹੋਏ ਨੇ। ਅਤੇ ਫਾਰਮ ਹਾਊਸ ਦੇ ਦੀਗਰ ਪੇੜਾਂ ਦੇ ਵਿੱਚ ਅਮਰੂਦ, ਔਰੰਜ, ਬਨਾਨਾ ਔਰ ਅਨਾਰ ਦੇ ਜਿਹੜੇ ਨੇ ਬੂਟੇ ਕਸਰਤ ਦੇ ਨਾਲ ਨੇ। ਅਤੇ ਅੱਜ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਸਾਰੇ ਜਨਾਬ ਫਾਰਮ ਹਾਊਸ ਦੀ ਜਿਹੜੀ ਨਾ ਉਹ ਸੈਰ ਕਰਵਾਈ ਜਾਏਗੀ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ, ਸੋਹਣੇ ਹੋ, ਪਿਆਰੇ ਹੋ, ਸਿਹਤਾਂ ਤਬੀਤਾਂ ਠੀਕ ਨੇ? ਮੈਂ ਤੁਹਾਡਾ ਆਪਣਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ, ਅਤੇ ਗਰੀਬ ਖਾਨਾ ਜਨਾਬ ਪੂਰਬ ਕਲੇਰ। ਅੱਛਾ, ਮੈਂ ਜੀ ਮੌਜੂਦ ਹੈ ਇਸ ਵੇਲੇ ਇੱਕ ਫਾਰਮ ਹਾਊਸ ਦੇ ਉੱਪਰ ਜਿਹੜਾ ਸਾਡੇ ਪਿੰਡ ਦੇ ਵਿੱਚ ਵਾਕਿਆ ਹੈ, ਅਤੇ ਮਾਸ਼ਾਅੱਲਾ ਬੜਾ ਖੂਬਸੂਰਤ ਜਨਾਬ ਫਾਰਮ ਹਾਊਸ ਹੈ। ਅਤੇ ਇਸ ਵੇਲੇ ਮੈਂ ਖੜ੍ਹਾ ਵਾਂ ਲੁਗਾੜ ਦੇ ਪੇੜਾਂ ਦੇ ਕੋਲ, ਅਤੇ ਮਾਸ਼ਾਅੱਲਾ ਬੜਾ ਖੂਬਸੂਰਤ ਜਿਹੇ ਪੇੜ ਨੇ ਅਤੇ ਉੱਪਰ ਲੱਗੇ ਨੇ ਜਨਾਬ ਬੜੇ ਖੂਬਸੂਰਤ ਜਿਹੜੇ ਲੁਗਾਟ ਨੇ ਨਾ ਉਹ ਲੱਗੇ ਨੇ, ਅਤੇ ਚੈੱਕ ਕਰਨੇ ਆ ਖਾਨੇ ਆ ਲੁਗਾਟ ਦਾ ਮਜ਼ਾ ਕਿੰਨਾ ਕਰੇ। ਮਾਸ਼ਾਅੱਲਾ ਠੰਡੇ ਅਤੇ ਰਸੀਲੇ ਅਤੇ ਮਿੱਠੇ ਸ਼ਹਿਦ ਜਨਾਬ ਇਹ ਲੁਗਾਟ ਨੇ। ਵਾਹ ਕਿਆ ਐਕਟਿੰਗ ਕਰ ਰਹੇ, ਵਾਹ ਕਿਆ ਐਕਟਿੰਗ। ਲੁਗਾਟਾਂ ਦੇ ਇਹ ਕੁਛ ਗੁੱਛੇ ਜਿਹੜੇ ਨੇ ਉਹ ਕੁਝ ਕੱਚੇ ਨੇ ਅਤੇ ਕੁਝ ਜਿਹੜੇ ਨੇ ਜਨਾਬ ਉੱਪਰ ਜਿਹੜੇ ਨੇ ਉਹ ਪੱਕ ਚੁੱਕੇ ਨੇ ਅਤੇ ਬੜੇ ਹੀ ਖੂਬਸੂਰਤ ਲੱਗਣ ਡੇ ਨੇ। ਇਹ ਵੇਖ ਸਕਦੇ ਹੋ ਕਿੰਨੇ ਜਨਾਬ ਇੱਥੇ ਲੁਗਾੜ ਜਿਹੜੇ ਨੇ ਲੱਗੇ ਨੇ, ਅਤੇ ਅਸੀਂ ਇਹਨਾਂ ਨੂੰ ਖਾਵਾਂਗੇ। ਕਰਾਂਗੇ ਜਨਾਬ ਅੱਜ ਲੁਗਾਟ ਨੂੰ ਐਕਸਪਲੋਰ। ਮਾਸ਼ਾਅੱਲਾ ਜੀ ਅਸੀਂ ਚੈੱਕ ਕਰਾਂਗੇ ਇੱਥੇ ਜਿਹੜੇ ਲੁਗਾਟ ਲੱਗੇ ਨੇ ਨਾ ਅਤੇ ਇਹਨਾਂ ਨੂੰ ਜਨਾਬ ਅਸੀਂ ਖਾਵਾਂਗੇ। ਮਾਸ਼ਾਅੱਲਾ ਵੇਖ ਸਕਦੇ ਕਿਸ ਕਦਰ ਖੂਬਸੂਰਤ ਜਿਹੜੇ ਲੁਗਾਟ ਨੇ ਉਹ ਲੱਗੇ ਨੇ, ਅਤੇ ਮੇਰਾ ਕੈਮਰਾਮੈਨ ਤੇਰਾ ਕਰੀਬ ਆਏ ਜੀ। ਕਿਆ ਬਾਤ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਮਜ਼ੇਦਾਰ ਅਤੇ ਮਿੱਠੇ ਸ਼ਹਿਦ ਇਹ ਲੁਗਾਟ ਨੇ ਜਿਹੜੇ ਲੱਗੇ ਨੇ, ਇਹਨਾਂ ਨੂੰ ਖਾਣ ਦਾ ਵੀ ਜਨਾਬ ਚਾਸੀ ਇਹਨਾਂ ਦਿਨਾਂ ਦੇ ਵਿੱਚ ਉੱਤੋਂ ਲਾਓ, ਇਹਨੂੰ ਖਾਂਦੇ ਜਾਓ। ਮਾਸ਼ਾਅੱਲਾ ਚਾਰ ਪੰਜ ਜਿਹੜੇ ਪੇੜ ਨੇ ਨਾ ਉਹ ਇੱਥੇ ਲੁਗਾਟਾਂ ਦੇ ਲੱਗੇ ਨੇ ਅਤੇ ਭਰੇ ਨੇ ਜਨਾਬ ਗੁੱਛਿਆਂ ਦੇ ਗੁੱਛੇ ਜਿਹੜੇ ਨੇ ਨਾ ਉਹ ਇਹਨਾਂ ਨੂੰ ਲੱਗੇ ਨੇ, ਅਤੇ ਕੁਛ ਜਿਹੜੇ ਨੇ ਉਹ ਵਿੱਚੋਂ ਸੁੱਕ ਗਏ ਨੇ। ਜਿਸ ਤਰ੍ਹਾਂ ਕਿਹਾ ਤੁਸੀਂ ਦੇਖ ਸਕਦੇ ਹੋ ਇਹ ਲੁਗਾਟ ਸੁੱਕ ਗਏ ਨੇ, ਸ਼ਾਇਦ ਬਾਰਿਸ਼ ਦੀ ਵਜ੍ਹਾ ਦੇ ਨਾਲ ਮਰ ਗਏ ਨੇ ਜਾਂ ਜਨਾਬ ਗਰਮੀ ਦੀ ਵਜ੍ਹਾ ਦੇ ਨਾਲ। ਅਤੇ ਲੁਗਾਟ ਜਿਹੜੇ ਨੇ ਨਾ ਉਹ ਜਨਾਬ ਬੇਤਹਾਸ਼ਾ ਜਿਹੜੇ ਨੇ ਲੱਗੇ ਨੇ, ਅਤੇ ਹੁਣ ਅਸੀਂ ਲੈ ਕੇ ਚੱਲਦੇ ਤੁਹਾਨੂੰ ਅਗਲੀ ਤਰਫ, ਅਤੇ ਉੱਧਰ ਦੇ ਵੀ ਜਿਹੜੇ ਪੇੜ ਪੌਦੇ ਨੇ ਨਾ ਉਹ ਤੁਹਾਨੂੰ ਦਿਖਾਉਂਦੇ ਹਾਂ। ਫਲ ਥੱਲੇ ਵੀ ਜਿਹੜਾ ਨਾ ਬਹੁਤ ਜ਼ਿਆਦਾ ਇਹ ਕਿਰਿਆ ਵੇਖ ਸਕਦੇ ਹੋ, ਬੜਾ ਫਲ ਜਿਹੜਾ ਨਾ
ਉਹ ਨੀਚੇ ਗਿਰ ਰਿਹਾ। ਚੱਲ ਜੀ ਹੁਣ ਅਸੀਂ ਇਸ ਤਰਫ ਅਤੇ ਇੱਧਰ ਜਾ ਕੇ ਦੇਖਦੇ ਹਾਂ ਉੱਧਰ ਕਿਹੜੇ ਕਿਹੜੇ ਪੇੜ ਜਿਹੜੇ ਨੇ ਲੱਗੇ ਨੇ। ਇੱਧਰ ਤੁਹਾਨੂੰ ਦਿਖਾ ਦਿੱਤਾ ਮਾਸ਼ਾਅੱਲਾ, ਫਲ ਦੇ ਨਾਲ ਜਿਹੜੇ ਨਾ ਬੂਟੇ ਉਹ ਫੁੱਲ ਲੱਦੇ ਹੋਏ ਨੇ, ਅਤੇ ਅਗਰ ਇਹਨਾਂ ਦੀ ਅੱਛੀ ਦੇਖਭਾਲ ਕੀਤੀ ਜਾਏ ਤਾਂ ਇਹਨਾਂ ਨਾਲ ਮਜ਼ੀਦ ਮੋਟਾ ਅਤੇ ਮਜ਼ੇਦਾਰ ਜਿਹੜਾ ਫਲ ਹੈ ਉਹ ਲੱਗ ਸਕਦਾ। ਅਤੇ ਹੁਣ ਚੱਲਦੇ ਜੀ ਅਸੀਂ ਉਸ ਤਰਫ, ਇਸ ਤਰਫ ਜਿਹੜੇ ਪੇੜ ਲੱਗੇ ਨੇ ਉਹ ਨੇ ਜੀ ਅੰਬ ਦੇ, ਦੇਸੀ ਅੰਬ ਦੇ, ਜਿਹਦੇ ਵਿੱਚ ਮਾਲਟਾ ਅੰਬ ਹੈ, ਅਤੇ ਉਸ ਤੋਂ ਬਾਅਦ ਗ੍ਰੇ ਫਰੂਟ, ਮੌਸਮੀ ਫਰੂਟਰ ਹੈਗੀ ਉਹਨਾਂ ਨੂੰ, ਫਲ ਜਿਹੜਾ ਨਾ ਉਹ ਨਹੀਂ ਲੱਗਾ। ਇਹ ਜਨਾਬ ਪਿਛਲੀ ਦਫ਼ਾ ਪਿਛਲੇ ਆਪਣੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਜਿਹੜਾ ਬੂਟਾ ਹੈ ਨਾ, ਇਹ ਜਨਾਬ ਬੂਟਾ ਜਿਹੜਾ ਵੇ ਇਹ ਵੇ ਫਰੂਟਰ ਦਾ, ਅਤੇ ਬੜੇ ਖੂਬਸੂਰਤ ਜਨਾਬ ਹੈ, ਅਤੇ ਫਰੂਟਰ ਜਿਹੜੇ ਹਨ ਸਰਦੀਆਂ ਦੇ ਵਿੱਚ ਲੱਗੇ ਹਨ। ਅਤੇ ਮੇਰੀ ਇੱਕ ਵੀਡੀਓ ਤੁਸੀਂ ਸਰਦੀਆਂ ਲਈ ਦੇਖੋਗੇ, ਇਨਸ਼ਾਅੱਲਾ ਤੁਹਾਨੂੰ ਉਹਦੇ ਵਿੱਚ ਇਹ ਮਿਲ ਜਾਂਦੇ। ਅਤੇ ਇਹ ਜਨਾਬ ਇੱਧਰ ਅੰਬ ਦੇ ਬੂਟੇ, ਅਤੇ ਇਹਨਾਂ ਨੂੰ ਵੀ ਬੜੇ ਹੀ ਬੂਰ ਜਿਹੜਾ ਨਾ ਪੈਣਾ ਸ਼ੁਰੂ ਹੋ ਗਿਆ, ਅਤੇ ਅੰਬ ਜਦੋਂ ਲੱਗਣ ਦੇ ਉਦੋਂ ਇਨਸ਼ਾਅੱਲਾ ਤੁਹਾਨੂੰ ਅੰਬ ਦੀ ਵੀ ਸੂਰਤ ਹਾਲ ਜਿਹੜੀ ਹੈ ਉਹ ਅਸੀਂ ਜ਼ਰੂਰ ਦੱਸਾਂਗੇ। ਅਤੇ ਬੜਾ ਹੀ ਖੂਬਸੂਰਤ ਫਾਰਮ ਹਾਊਸ ਹੈ, ਅਤੇ ਅੱਗੇ ਵੀ ਜਿਹੜੇ ਬੂਟੇ ਲੱਗੇ ਨੇ ਉਹ ਨੇ ਅਨਾਰਾਂ ਦੇ। ਅਤੇ ਚੱਲ ਨੇ ਜਾ ਕੇ ਤੁਹਾਨੂੰ ਜਨਾਬ ਦਿਖਾਉਂਦੇ ਹਾਂ ਕਿ ਅਨਾਰਾਂ ਨੂੰ ਜਿਹੜਾ ਫੁੱਲ ਹੈ ਨਾ ਉਹ ਪੈ ਗਏ ਨੇ, ਅਤੇ ਵੇਖ ਨੇ ਅਨਾਰਾਂ ਦੀ ਖੂਬਸੂਰਤੀ, ਅਨਾਰ ਇਸ ਵੇਲੇ ਕਿੱਥੋਂ ਤੱਕ ਪਹੁੰਚੇ ਨੇ, ਕੁਛ ਛੋਟੇ ਛੋਟੇ ਲੱਗੇ ਵੀ ਨੇ ਜਾਂ ਨਹੀਂ ਲੱਗੇ, ਅਗਰ ਲੱਗੇ ਨੇ ਤਾਂ ਜਨਾਬ ਤੁਹਾਨੂੰ ਉਹ ਵੀ ਅੱਜ ਦਿਖਾਵਾਂਗੇ। ਆ ਗਏ ਹਾਂ ਜੀ ਅਸੀਂ ਅਨਾਰ ਦੇ ਬੂਟੇ ਦੇ ਕੋਲ, ਅਨਾਰ ਛੋਟੇ ਛੋਟੇ ਜਿਹੜੇ ਨੇ ਇਹਨੂੰ ਲੱਗ ਗਏ ਨੇ, ਅਤੇ ਗਰਮੀਆਂ ਦੇ ਵਿੱਚ ਸੋਹਣੇ ਅਨਾਰ ਜਿਹੜੇ ਨੇ ਇਹਨੂੰ ਲੱਗਣ ਦੇ, ਅਤੇ ਜਦੋਂ ਇਹਨੂੰ ਵੀ ਲੱਗਣ ਦੇ ਅਨਾਰ ਤਾਂ ਤੁਹਾਨੂੰ ਦਿਖਾਵਾਂਗੇ ਜਨਾਬ ਉਹ ਵੀ ਵੀਡੀਓ ਇਨਸ਼ਾਅੱਲਾ। ਅਤੇ ਫੁੱਲ ਵੇਖੋ ਨਾ ਅਨਾਰ ਦੇ ਜਿਹੜੇ ਨਾ ਉਹ ਕਿੰਨੇ ਖੂਬਸੂਰਤ ਲੱਗਣ ਦੇ ਨੇ। ਵਾਹ ਜੀ ਵਾਹ, ਮਾਸ਼ਾਅੱਲਾ, ਅੱਲਾਹ ਦੀ ਸ਼ਾਨ ਕਿ ਅੱਲਾਹ ਤਾਲਾ ਨੇ ਜੀ ਸਾਡੇ ਵਾਸਤੇ ਕਿੰਨੀਆਂ ਕਰ ਨੇਮਤਾਂ ਜਿਹੜੀਆਂ ਨਾ ਉਹ ਪੈਦਾ ਕੀਤੀਆਂ ਜਿੱਦਾਂ ਸ਼ੁਮਾਰ ਹੀ ਕੋਈ ਨਹੀਂ ਹੈ। ਔਰ ਹਰ ਫਲ ਦਾ ਜ਼ਾਇਕਾ ਅਲੱਗ, ਹਰ ਫਲ ਦਾ ਜਨਾਬ ਮਿਠਾਸ ਅਲੱਗ। ਅਤੇ ਜਦੋਂ ਖਾਧੇ ਜਾਂਦੇ ਨੇ ਤਾਂ ਬੜਾ ਹੀ ਮਜ਼ਾ ਆਉਂਦਾ। ਅਤੇ ਫਲ ਅਤੇ ਫਲ ਹੈ ਜਿਹੜੇ ਰੱਬ ਨੇ ਸੋਹਣੀ ਆਪਣੇ ਜਿਹੜੀ ਇਹਨਾਂ ਚੀਜ਼ਾਂ ਉਹ ਪੈਦਾ ਕਰ ਦਿੱਤੀਆਂ ਨੇ। ਅਤੇ ਬੜਾ ਖੂਬਸੂਰਤ ਫਾਰਮ ਹਾਊਸ ਹੈ, ਚਾਰ ਦੀਵਾਰੀ ਇਹਦੀ ਹੋਈ ਹੈ, ਉਸ ਸਾਈਡ 'ਤੇ ਚੜ੍ਹਨ ਡੀਆਂ ਨੇ ਬੱਕਰੀਆਂ, ਇੱਧਰ ਵੱਢਣ ਡੇ ਨੇ ਜਨਾਬ ਫਾਰਮ 'ਤੇ ਜਿਹੜੇ ਮੁਲਾਜ਼ਮ ਨੇ ਉਹ ਪੱਠੇ। ਅਤੇ ਉਮੀਦ ਕਰਾਂਗੇ ਤੁਹਾਨੂੰ ਅੱਜ ਜਿਹੜੀ ਨਾ ਵੀਡੀਓ ਮਜ਼ੇ ਦੀ ਲੱਗੀ ਹੋਏਗੀ, ਅਗਰ ਮਜ਼ੇ ਦੀ ਵੀਡੀਓ ਲੱਗੀ ਹੋਏ ਨਾ ਤੈਨੂੰ ਸ਼ੇਅਰ ਵੀ ਕਰਨਾ ਵੇ, ਔਰ ਜ਼ਿਆਦਾ ਤੋਂ ਜ਼ਿਆਦਾ ਲਾਇਕ ਵੀ ਜਿਹੜਾ ਨਾ ਉਹ ਕਰਨਾ, ਅਤੇ ਸਬਸਕ੍ਰਾਈਬ ਕਰਨਾ ਨਹੀਂ ਜੇ ਭੁੱਲਣਾ। ਇਸ ਤਰਫ ਬੜੇ ਖੂਬਸੂਰਤ ਕੇਲੇ ਦੇ ਜਿਹੜੇ ਪੇੜ ਨੇ ਨਾ ਉਹ ਵੀ ਇੱਧਰ ਮਾਸ਼ਾਅੱਲਾ ਬਹੁਤ ਜ਼ਿਆਦਾ ਲੱਗੇ ਨੇ, ਤੋੜ ਦੀਵਾਰ ਤੱਕ ਤਕਰੀਬਨ ਇੱਕ ਕਿੱਲੇ ਦੇ ਵਿੱਚ ਜਿਹੜੇ ਨੇ ਨਾ ਉਹ ਲੱਗੇ ਨੇ ਜਨਾਬ ਕੇਲਿਆਂ ਦੇ ਜਿਹੜੇ ਪੇੜ ਹੁੰਦੇ ਨੇ। ਅਤੇ ਤੁਹਾਨੂੰ ਦਿਖਾਉਂਦੇ ਉਹਨਾਂ ਨੂੰ ਕੇਲੇ ਵੀ ਜਿਹੜੇ ਨਾ ਉਹ ਲੱਗੇ ਨੇ ਹੈ ਜੀ ਮਾਸ਼ਾਅੱਲਾ। ਕੇਲੇ ਜਿਹੜੇ ਨੇ ਉੱਤੇ ਦੇਖ ਸਕਦੇ ਹੋ, ਬੜੇ ਜ਼ਬਰਦਸਤ ਮੋਟੇ ਮੋਟੇ ਕੇਲੇ ਜਿਹੜੇ ਨੇ ਨਾ ਉਹ ਲੱਗੇ ਨੇ। ਅਤੇ ਇਸ ਤਰ੍ਹਾਂ ਵੀ ਜਨਾਬ ਕੇਲੇ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਮੇਰੇ ਅੱਲਾ ਦੀ ਸ਼ਾਨ। ਇੱਦਾਂ ਵੀ ਵੇਖ ਸਕਦੇ ਹੋ ਕੇਲੇ ਕਿਸ ਕਦਰ ਜਨਾਬ ਮੋਟੇ ਮੋਟੇ ਜਿਹੜੇ ਨੇ ਉਹ ਲੱਗੇ ਨੇ, ਅਤੇ ਤੋੜ ਤੱਕ ਜਿਹੜੇ ਨੇ ਨਾ ਤੋੜ ਤੱਕ ਕੇਲਿਆਂ ਦੇ ਜਨਾਬ ਦਰਖਤ ਹੀ ਦਰਖਤ ਲੱਗੇ ਨੇ। ਅਤੇ ਇਹ ਵੀ ਜਨਾਬ ਸਾਡੇ ਇਲਾਕੇ ਦੀ ਖੂਬਸੂਰਤੀ, ਅਤੇ
ਜਿੱਥੇ ਵੀ ਤੁਸੀਂ ਰਹਿੰਦੇ ਹੋ ਮੈਨੂੰ ਉਮੀਦ ਹੈ ਇਨਸ਼ਾਅੱਲਾ ਹਰ ਜਗ੍ਹਾ 'ਤੇ ਖੂਬਸੂਰਤੀ ਤੁਸੀਂ ਬਣਾ ਕੇ ਰੱਖੀ ਹੋਏਗੀ ਅਤੇ ਆਪਣੇ ਆਪਣੇ ਇਲਾਕੇ ਦੀ ਖੂਬਸੂਰਤ ਜਿਹੜੀ ਹੈ ਨਾ ਉਹ ਦਿਖਾਉਣੀ ਚਾਹੀਦੀ ਹੈ ਤਾਂ ਕਿ ਵੇਖਣ ਵਾਲਿਆਂ ਨੂੰ ਸਕੂਨ ਮਿਲ ਸਕੇ, ਵੇਖਣ ਵਾਲੇ ਖੁਸ਼ ਹੋ ਸਕਣ। ਉਮੀਦ ਕਰਾਂਗੇ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ। ਅਗਰ ਮੇਰੀ ਵੀਡੀਓ ਲੱਗੀ ਅੱਛੀ ਤਾਂ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ ਅਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਅਤੇ ਜਿਹੜੇ ਦੋਸਤ ਮੇਰੇ ਚੈਨਲ 'ਤੇ ਨਵੇਂ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।